ਕਿ ਲੋਕੀ ਕਹਿ ਰਹੇ ਸੀ ਕਹਿੰਦੇ ਟਿਕਟਾਂ ਦੇ ਪ੍ਰਾਈਸ ਠੀਕ ਨੇ ਤੁਸੀਂ ਪੌਪਕੌਰਨ ਦੇ ਘਟਾਓ ਸੱਟ ਡੂੰਘੀ ਖਾ ਗਿਆ ਲੱਗਦਾ ਹੁਣ ਸਮਝ ਨਹੀਂ ਆ ਰਿਹਾ ਨਾ ਕਿ ਫੱਟ ਖੁੱਲ੍ਹਾ ਛੱਡ ਕੇ ਛੇਤੀ ਭਰੂ ਜਾਂ ਪੱਟੀ ਬਣ ਕੇ ਯਾਰ ਮੈਨੂੰ ਬਿਲਕੁਲ ਹੀ ਧਿਆਨ ਨਹੀਂ ਸੀ ਕਿ ਮੈਂ ਮੇਰਾ ਆਪ ਦਾ ਵਿਆਹ ਮੈਨੂੰ ਲੱਗਿਆ ਬਰਥਡੇ ਪਾਰਟੀ ਹੈ ਜਿਵੇਂ ਮੈਂ ਨੱਚਦੀ ਟੱਪਦੀ ਮੈਂ ਵਿਆਹ ਕਰਾ ਲਿਆ ਜਦੋਂ ਸਾਨੂੰ ਫੇਰਿਆਂ ਲਈ ਵੀ ਲੈ ਕੇ ਜਾਣਾ ਸੀ ਮੈਂ ਸਾਰਿਆਂ ਨੂੰ ਕਹਿ ਰਹੀ ਸੀ 10 ਮਿੰਟ ਰੁੱਕ ਜਾ ਮੈਂ ਨੱਚੀ ਵੀ ਨਹੀਂ ਹਜੇ ਤੱਕ ਤਾਂ ਕਹਿੰਦੀ ਆ ਟਾਈਮ ਹੁੰਦਾ ਮੁੰਡੇ ਗਾਲਾਂ ਦੇ ਰਿਹਾ ਕਿਹੋ ਜਿਹੀਆਂ ਗੱਲਾਂ ਕਰ ਰਿਹਾ ਦਿੱਲੀ ਦੀਆਂ ਗੱਲਾਂ ਹੈ ਨਾ ਮੈਂ ਆਏ ਕਿਆ ਕੀ ਕਹਿ ਰਿਹਾ ਕੁੜੀ ਦੇ ਸਾਹਮਣੇ ਕਹਿ ਰਿਹਾ ਆਹ ਕਰ ਰਿਹਾ ਸਰਗੁਣ ਮਹਿਤਾ ਮਾਂ ਕਿਉਂ ਨਹੀਂ ਬਣੇ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਰਗੁਣ ਮਹਿਤਾ ਤੁਸੀਂ ਪਲੀਜ਼ ਸਬਸਕ੍ਰਾਈਬ ਕਰੋ ਟੂ ਦਿਸ ਚੈਨਲ ਸਰਦਾਰ ਸਟੇ ਸਰਦਾਰਸ 9 ਕੁਐਸਚਨਸ ਦੇ ਇੱਕ ਨਵੇਂ ਸੈਗਮੈਂਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਾਡੇ ਨਾਲ ਨੇ ਸਰਗੁਣ ਮਹਿਤਾ ਵੈਲਕਮ ਟੂ ਸਰਦਾਰਸ ਟੇਕ ਚੈਨਲ ਵਾਂਸ ਅਗੇਨ ਥੈਂਕ ਯੂ ਸੋ ਆਪਾਂ 9 ਸਵਾਲ ਤੁਹਾਡੇ ਤੋਂ ਪੁੱਛਾਂਗੇ ਜਿਨ੍ਹਾਂ ਦਾ ਆਪਸ ਵਿੱਚ ਕੋਈ ਲਿੰਕ ਨਹੀਂ ਹੈਗਾ ਸੋ ਤੁਸੀਂ ਦਿਲ ਖੋਲ ਕੇ ਉਹਨਾਂ ਦੇ ਜਵਾਬ ਦੇ ਸਕਦੇ ਹੋ ਸੋ ਪਹਿਲਾ ਸਵਾਲ ਹੈ ਇੱਕ ਫਿਲਮ ਜੋ ਤੁਸੀਂ ਦੇਖੀ ਤੇ ਤੁਹਾਨੂੰ ਇਦਾਂ ਲੱਗਿਆ ਵੀ ਯਾਰ ਮੈਂ ਵੀ ਇਦਾਂ ਦੀਆਂ ਫਿਲਮਾਂ ਕਰਨੀਆਂ ਨੇ ਇੰਗਲਿਸ਼ ਆ ਦੱਸੋ ਜਿਹਨੂੰ ਹੁਣੇ ਆਸਕਰ ਮਿਲਿਆ ਐਵਰੀਥਿੰਗ ਐਵਰੀਵੇਅਰ ਆਲ ਐਟ ਵਾਂਸ ਜੀ ਇੱਕ ਤਾਂ ਉਹਨਾਂ ਨੂੰ ਕਰਨ ਦਾ ਮਤਲਬ ਆਈ ਥਿੰਕ ਜਿੰਨਾ ਕੁ ਕੋਈ ਐਕਟਰ ਆਪਦੇ ਲਾਈਫ ਟਾਈਮ ਵਰਕ 'ਚ ਕਰਦਾ ਹੈ ਜਿੰਨੇ ਕੈਰੈਕਟਰਸ ਯੂ ਨੋ ਯੂ ਸ਼ੀ ਇਜ਼ ਪਲੇਇੰਗ ਅ ਕੁੱਕ ਸ਼ੀ ਇਜ਼ ਪਲੇਇੰਗ ਅ ਕਰਾਟੇ ਪਰਸਨ ਉਹਨਾਂ ਨੇ ਇੰਨੇ ਸਾਰੇ ਉਹਨਾਂ ਨੇ ਲਿਟਰਲੀ ਪਤਾ ਨਹੀਂ ਕਿੰਨੇ ਰੋਲ ਕੀਤੇ ਆ ਇੱਕ ਫਿਲਮ 'ਚ ਮੈਂ ਆਈ ਕਾਂਟ ਇਮੈਜਿਨ ਕਿ ਉਹਨਾਂ ਨੇ ਕਿੰਨੀ ਮਿਹਨਤ ਕੀਤੀ ਹੋਣੀ ਉਸ ਫਿਲਮ ਲਈ ਕਿੰਨੇ ਡਾਇਲੈਕਟਸ ਬਦਲੇ ਕਿੰਨੀ ਲੈਂਗੁਏਜਸ ਬਦਲੀਆਂ ਕਿੰਨੇ ਬਾਡੀ ਲੈਂਗੁਏਜ ਬਦਲੇ ਐਂਡ ਸ਼ੀ ਵਾਜ਼ ਮਾਇੰਡ ਬਲੋਇੰਗ ਸੋ ਆਈ ਰੀਅਲੀ ਹੋਪ ਕਿ ਮੈਂ ਉਹੋ ਜਿਹੀ ਕੋਈ ਫਿਲਮ ਕਰਾਂ ਬਟ ਇਫ ਆਈ ਹੈਡ ਟੂ ਚੂਜ਼ ਫਰੋਮ ਬੋਲੀਵੁੱਡ ਆਈ ਹੋਪ ਕਿ ਮੈਂ ਚਾਂਦਨੀ ਜਾਂ ਸਦਮਾ ਕਰਾਂ ਓਕੇ ਸ਼੍ਰੀਦੇਵੀ ਸੋ ਅਗਲਾ ਸਵਾਲ ਹੈ ਰੀਕਾਲ ਕਰੋ ਵੱਡੇ ਪਰਦੇ ਤੇ ਆਪਣਾ ਪਹਿਲਾ ਮੂਵੀ ਐਕਸਪੀਰੀਅੰਸ ਜਦੋਂ ਤੁਸੀਂ ਪਹਿਲੀ ਵਾਰ ਸਿਨੇਮਾ ਘਰ ਚ ਗਏ ਸੀ ਤੇ ਫਿਲਮ ਦੇਖੀ ਸੀ ਤੁਸੀਂ ਕੋਈ ਮੈਨੂੰ ਐਕਚੁਅਲੀ ਯਾਦ ਨਹੀਂ ਬਟ ਮੈਨੂੰ ਮੇਰੀ ਪਹਿਲੀ ਮਤਲਬ ਜਿਹੜੀ ਮੈਨੂੰ ਫਿਲਮ ਚੇਤੇ ਆ ਉਹ ਹੈ ਹਮ ਆਪਕੇ ਹੈ ਕੌਣ ਐਂਡ ਮੈਂ ਬਹੁਤ ਵੱਡੀ ਫੈਨ ਆ ਸੂਰਜ ਬਰਜਾਤਿਆ ਸਰ ਦੀ ਫਿਲਮਸ ਦੀ ਮੈਨੂੰ ਬੜੀ ਵਧੀਆ ਲੱਗਦੀ ਹੈ ਨਾ ਪਲੇਨ ਜੀ ਨਹੀਂ ਤੁਸੀਂ ਜਦੋਂ ਕਿਹੜੀ ਏਜ ਸੀ ਜਦੋਂ ਤੁਸੀਂ ਹਾਲ 'ਚ ਦੇਖਣ ਗਏ ਫਿਲਮ ਮੈਂ ਤਾਂ ਆਪ ਨੂੰ ਨਹੀਂ ਯਾਦ ਕਦੋਂ ਰਿਲੀਜ਼ ਹੋਈ ਸੀ ਫਿਲਮ 94 'ਚ ਰਿਲੀਜ਼ ਹੋਈ ਸੀ ਮਤਲਬ ਹਾਂ ਮੈਂ ਮਤਲਬ ਕਾਫੀ ਛੋਟੀ ਸੀ ਬਟ ਆਈ ਡੋਂਟ ਰਿਮੈਂਬਰ ਲਾਈਕ ਮੈਨੂੰ ਬਸ ਉਹ ਮਤਲਬ ਉਹ ਸਾਰਾ ਕੁਝ ਯਾਦ ਆ ਤੇ ਉਹਦੇ ਬਾਅਦ ਵੀ ਮਤਲਬ ਹਮ ਸਾਥ ਸਾਥ ਹੈ ਆਈ ਉਹ ਤਾਂ ਫਿਰ ਮੈਂ 100-150 ਵਾਰੀ ਦੇਖ ਚੁੱਕੀ ਹਾਂ ਲੋਕਾਂ ਨੂੰ ਲੱਗਦਾ ਹੋਣਾ ਪਤਾ ਨਹੀਂ ਕਿਹੜੀਆਂ ਫਿਲਮਾਂ ਦੇਖਦੀ ਹਾਂ ਮੈਂ ਦੇਖਦੀ ਹਾਂ ਵਿਵਾਹ ਹਮ ਸਾਥ ਸਾਥ ਹੈ ਹਮ ਆਪਕੇ ਹੈ ਕੌਣ ਮੈਨੂੰ ਬਹੁਤ ਵਧੀਆ ਲੱਗਦੀ ਫੈਮਿਲੀ ਫਿਲਮਾਂ ਤੇ ਆਈ ਰੀਅਲੀ ਲਵ ਦੈਮ ਐਂਡ ਹਮ ਆਪਕੇ ਹੈ ਕੌਣ ਦਾ ਤੇ ਇੱਕ ਚਾਮ ਇਦਾਂ ਦਾ ਹੈ ਜਦੋਂ ਉਹ ਕੁਲਫੀ ਲੈ ਲੋ ਬਹੁਤ ਖਾ ਚੁੱਕੇ ਉਹ ਪੂਰਾ ਮਤਲਬ ਐਂਡ ਜਦੋਂ ਵੀ ਮੇਰੇ ਕਿਸੇ ਘਰ 'ਚ ਕਿਸੇ ਦਾ ਵੀ ਵਿਆਹ ਹੁੰਦਾ ਉਹ ਮੈਨੂੰ ਕਹਿੰਦੇ ਆ ਗਾਓ ਬਿਕੋਜ਼ ਯੂ ਨੋ ਆਮ ਸਿੰਗਰ ਤਾਂ ਮੈਨੂੰ ਉਸ ਵੇਲੇ ਵਿਆਹ ਦੇ ਫੰਕਸ਼ਨ 'ਚ ਤੁਹਾਨੂੰ ਚੇਤੇ ਨਹੀਂ ਆਉਂਦਾ ਕਿ ਕੀ ਗਾਈਏ ਤਾਂ ਮੈਂ ਹਮੇਸ਼ਾ ਕਹਿੰਦੀ ਵਾਹ ਵਾਹ ਰਾਮ ਜੀ ਜੋੜੀ ਕਿਆ ਬਣਾਈ ਸੋ ਅਗਲਾ ਸਵਾਲ ਹੈ ਇਕੱਲੀ ਫੀਮੇਲ ਐਕਟਰ ਦੀ ਫੋਟੋ ਪੋਸਟਰ 'ਤੇ ਲੱਗਣ ਨਾਲ ਪੰਜਾਬੀ ਲੋਕ ਸਿਨੇਮਾ ਘਰ 'ਚ ਨਹੀਂ ਜਾਂਦੇ ਨਾਲ ਇੱਕ ਇਸਟੈਬਲਿਸ਼ਡ ਮੇਲ ਐਕਟਰ ਦੀ ਫੋਟੋ ਲੱਗਣੀ ਜ਼ਰੂਰੀ ਹੈ ਡੂ ਯੂ ਅਗਰੀ ਪਤਾ ਨਹੀਂ ਆਈ ਥਿੰਕ ਮੈਂ ਅਗਰੀ ਕਰਦੀ ਵੀ ਹਾਂ ਅਤੇ ਨਹੀਂ ਵੀ ਕਰਦੀ ਆਮ ਵੈਰੀ ਮਿਕਸਡ ਮੈਨੂੰ ਲੱਗਦਾ ਹੈ ਕਿ ਜੇ ਜੇ ਕੰਟੈਂਟ ਇਜ਼ ਜੈਨੂਇਨਲੀ ਕਿੰਗ ਅੱਜ ਮਤਲਬ ਮੈਨੂੰ ਲੱਗਦਾ ਕਿ ਜੇ ਕਲੀ ਜੋਟਾ 'ਚੋਂ ਮੈਂ ਸਾਰਾ ਕੁਛ ਵੀ ਇੱਕ ਵਾਰੀ ਹਟਾ ਦਾਂ ਤਾਂ ਨੀਰੂ ਮੈਮ ਦੇ ਲਈ ਮੈਂ ਵੀ ਫਿਲਮਾਂ ਦੇਖੀਆਂ ਮੈਂ ਬਹੁਤ ਵਾਰੀ ਹੀਰੋਇਨਾਂ ਲਈ ਫਿਲਮਾਂ ਦੇਖਦੀ ਹਾਂ ਹੈ ਨਾ ਆਪਾਂ ਮੈਂ ਕੇਰਲਾ ਸਟੋਰੀ ਦਾ ਜਦੋਂ ਟ੍ਰੇਲਰ ਦੇਖਿਆ ਸੀ ਆਈ ਥੋਟ ਇਟ ਇਜ਼ ਅ ਫੈਬ ਟ੍ਰੇਲਰ ਜਦੋਂ ਆਪਾਂ ਗੰਗੂਬਾਈ ਦਾ ਟ੍ਰੇਲਰ ਦੇਖਿਆ ਸੀ ਆਲਿਆ ਭੱਟ ਕੁਈਨ ਦਾ ਟ੍ਰੇਲਰ ਦੇਖਿਆ ਸੀ ਆਈ ਫੀਲ ਕਿ ਕਦੇ ਕਦੇ ਹਮ ਅਸੀਂ ਆਪਣੇ ਆਪ ਨੂੰ ਛੋਟਾ ਮੰਨ ਲੈਂਦੇ ਹਾਂ ਸਾਨੂੰ ਲੱਗਦਾ ਹੈ ਕਿ ਆ ਨਹੀਂ ਵਰਕ ਕਰੂਗਾ ਬਟ ਜੇ ਆਪਾਂ ਰਾਈਟ ਫਿਲਮਾਂ ਕਰੀਏ ਤਾਂ ਪੋਸਟਰ 'ਚ ਜੇ ਅਸੀਂ ਸਿਰਫ ਹੋਈਏ ਤਾਂ ਵੀ ਵਿਲ ਵਰਕ ਆਈ ਥਿੰਕ ਉਹ ਇੱਕ ਫਿਲਮ ਦੀ ਲੋੜ ਹੈ ਜਿਹੜੀ ਉਹ ਕਰੈਕਟ ਇੱਕ ਮਦਰ ਇੰਡੀਆ ਔਰ ਲਾਈਕ ਡਰਟੀ ਪਿਕਚਰ ਉਦਾਂ ਦੀ ਇੱਕ ਫਿਲਮ ਦੀ ਲੋੜ ਹੈ ਜਿਹੜੀ ਜਿਹੜੀ ਫਿਲਮ ਲੋਕਾਂ ਨੂੰ ਖਿੱਚੇ ਤੇ ਉਹ ਫਿਲਮ 'ਚ ਆਪਣੇ ਆਪ ਉਹ ਭਾਵ ਹੋਊਗਾ ਨਾ ਆਡੀਅੰਸ ਨੇ ਆ ਵੈਲਕਮ ਸੋ ਇੱਕ ਥਿਅਰੀ ਇਹ ਕਹਿੰਦੀ ਹੈ ਕਿ ਪੰਜਾਬ ਵਿੱਚ ਸਿਨੇਮਾ ਅਨਅਫੋਰਡੇਬਲ ਹੁੰਦਾ ਜਾ ਰਿਹਾ 500 ਦੀ ਪੌਪਕੌਰਨ 300 ਦੀ ਕੋਲਡ ਡਰਿੰਕ ਬਹੁਤ ਇੱਕ ਮੱਧਮ ਵਰਗੀਆ ਪਰਿਵਾਰ ਅਫੋਰਡ ਨਹੀਂ ਕਰ ਸਕਦਾ ਇਸ ਲਈ ਉਹ ਘਰੇ ਬਹਿ ਕੇ ਸਿਨੇਮਾ ਦੇਖਣਾ ਪਸੰਦ ਕਰਦਾ ਸੋ ਸਿਨੇਮਾ ਕਿਤੇ ਨਾ ਕਿਤੇ ਲਗਜ਼ਰੀ ਬਣਦਾ ਜਾ ਰਿਹਾ ਜਿਹਦੇ ਕਾਰਨ ਬਹੁਤ ਸਾਰੀਆਂ ਫਿਲਮਾਂ ਨਹੀਂ ਚੱਲ ਰਹੀਆਂ ਤੁਹਾਨੂੰ ਕੀ ਲੱਗਦਾ ਇਸ ਦੇ ਬਾਰੇ ਹਾਂ ਹੁਣੇ ਮੈਂ ਕੋਈ ਰਿਪੋਰਟ ਪੜ੍ਹੀ ਸੀ ਕਿਉਂਕਿ ਲੋਕ ਕਹਿ ਰਹੇ ਸੀ ਕਹਿੰਦੇ ਟਿਕਟਾਂ ਦੇ ਪ੍ਰਾਈਸ ਠੀਕ ਨੇ ਤੁਸੀਂ ਪੌਪਕੌਰਨ ਦੇ ਘਟਾਓ ਹੈ ਨਾ ਐਂਡ ਆਈ ਕੈਨ ਅੰਡਰਸਟੈਂਡ ਹੈ ਨਾ ਮੈਂ ਮੰਨਦੀ ਹਾਂ ਇਸ ਗੱਲ ਨੂੰ ਕਿ ਜਦੋਂ ਇੱਕ ਮਿਡਲ ਕਲਾਸ ਬੰਦਾ ਆਪਦੇ ਫੈਮਿਲੀ ਦੇ ਨਾਲ ਜਾਂਦਾ ਹੈ
ਮੈਨੂੰ ਯਾਦ ਹੈ ਕਿ ਜਦੋਂ ਆਪਾਂ ਛੋਟੇ ਹੁੰਦੇ ਸੀ ਮੈਨੂੰ ਉਸ ਟਾਈਮ 'ਤੇ ਆਪਾਂ ਤਾਂ ਸਿੰਗਲ ਸਕਰੀਨ ਥੀਏਟਰ 'ਚ ਜਾਂਦੇ ਸੀ ਇੱਥੇ ਫਿਲਮਾਂ ਹੈ ਨਾ ਆਪਦੇ ਡੈਡ ਨਾਲ ਮੋਮ ਡੈਡ ਨਾਲ ਅਤੇ ਸ਼ੁਰੂ 'ਚ ਆਪਾਂ ਅਪਰ ਸਟਾਲ 'ਚ ਦੇਖਦੇ ਸੀ ਫਿਲਮਾਂ ਸਾਨੂੰ ਫਿਰ ਜਦੋਂ ਆਪਾਂ ਬੈਲਕਨੀ 'ਚ ਦੇਖਦੇ ਸੀ ਇਟ ਵਾਜ਼ ਅ ਥਿੰਕ ਯਾਰ ਬੈਲਕਨੀ ਦੀਆਂ ਟਿਕਟਾਂ ਲਈਆਂ ਆਪਾਂ ਅਪਰ ਸਟਾਲ ਦੀ ਨਹੀਂ ਲਈਆਂ ਹੈ ਨਾ ਅਤੇ ਫੈਮਿਲੀ ਕਦੇ ਵੀ ਲੋਅਰ ਸਟਾਲ 'ਚ ਨਹੀਂ ਬਹਿੰਦੀ ਸੀ ਲੋਅਰ ਸਟਾਲ 'ਚ ਮਡੀਰ ਬਹਿੰਦੀ ਸੀ ਹੈ ਨਾ ਤਾਂ ਬਹੁਤ ਤੰਗ ਕਰ ਹਾਂ ਜਿਹੜੇ ਤੰਗ ਕਰਦੇ ਸੀ ਹੈ ਨਾ ਜਦੋਂ ਮੈਂ ਦਿੱਲੀ ਜਾਂਦੀ ਹੁੰਦੀ ਸੀ ਮੇਰੀ ਮਾਸੀ ਹੋਰੇ ਨਾ ਮੈਨੂੰ PVR ਲੈ ਕੇ ਜਾਂਦੇ ਸੀ ਅਤੇ ਉੱਥੇ ਇੱਕ ਟਿਕਟ ਆਈ ਥਿੰਕ ਉਦੋਂ ਵੀ 500 ਰੁਪਏ ਦੀ ਸੀਗੀ ਮੈਂ ਉਹਨਾਂ ਨੂੰ ਪੁੱਛਦੀ ਸੀ ਮੈਂ ਘਰ ਆ ਕੇ ਮੈਂ ਆਪਦੇ ਪਾਪਾ ਨੂੰ ਕਿਹਾ ਮੈਨੂੰ ਆਹ ਗੱਲ ਯਾਦ ਹੈ ਕਿ ਪਾਪਾ ਜਿੰਨਾ ਵੀ ਆਪਾਂ ਸਾਰਿਆਂ ਦੀ ਟਿਕਟ ਲੈਂਦੇ ਹਾਂ ਨਾ ਉਹ ਇੱਕ ਬੰਦੇ ਦੀ ਲੈਂਦੇ ਆ ਕਿ ਮਤਲਬ ਯਾਰ ਅਤੇ ਉੱਥੇ ਦਾ ਪੋਪਕੋਰਨ ਵੀ ਮਹਿੰਗਾ ਮਤਲਬ ਜੇ ਆਪਾਂ 1000 ਰੁਪਏ 'ਚ ਫਿਲਮ ਦੇਖ ਕੇ ਪੂਰਾ ਪਰਿਵਾਰ ਆ ਗਏ ਉੱਥੇ 1000 ਰੁਪਏ 'ਚ 2 ਟਿਕਟਾਂ ਆਈਆਂ ਸਾਨੂੰ ਬਹੁਤ ਮਹਿੰਗਾ ਲੱਗਦਾ ਸੀ ਸੋ ਆਈ ਕੈਨ ਇਮੈਜਿਨ ਕਿ ਲੋਕਾਂ ਨੂੰ ਆਹ ਗੱਲ ਮਹਿੰਗੀ ਲੱਗ ਸਕਦੀ ਹੈ ਐਂਟਰਟੇਨਮੈਂਟ ਆ ਐਂਡ ਲੋਕਾਂ ਨੇ ਹੁਣ ਚੂਜ਼ ਕਰਨ ਦਾ ਰਾਈਟ ਆ ਲੋਕਾਂ ਦੇ ਕੋਲ ਹੈ ਨਾ ਕਿ ਯਾਰ ਜੇ ਸਾਨੂੰ ਨਹੀਂ ਲੱਗ ਰਿਹਾ ਕਿ ਆਪਾਂ ਖਰਚਣਾ ਹੈ ਵਰਤਣਾ ਆਪਾਂ ਕਿਤੇ ਹੋਰ ਪੈਸਾ ਦੇਣ ਵਾਈ ਨੋਟ ਆਫਕੋਰਸ ਇਟਸ ਅ ਲਗਜ਼ਰੀ ਐਂਟਰਟੇਨਮੈਂਟ ਹੈ ਇਟਸ ਚੋਇਸ ਫਿਲਮਾਂ ਵਿੱਚ ਤੁਹਾਡੇ ਵੱਲੋਂ ਨਿਭਾਇਆ ਗਿਆ ਕੋਈ ਇਹੋ ਜਿਹਾ ਕਿਰਦਾਰ ਜੋ ਤੁਹਾਡੀ ਰੀਅਲ ਜ਼ਿੰਦਗੀ ਨਾਲ ਬਹੁਤ ਮੇਲ ਖਾਂਦਾ ਹੈ ਮਤਲਬ ਤੁਸੀਂ ਕਿਤੇ ਨਾ ਕਿਤੇ ਉਦਾਂ ਦੇ ਹੋ ਇਹ ਕਿੱਦਾਂ ਦੀ ਹੋ ਆਈ ਥਿੰਕ ਮੈਂ ਸੁਰਖੀ ਬਿੰਦੀ ਦੀ ਰਾਣੋ ਵਰਗੀ ਹਾਂ ਓਕੇ ਬਿਕੋਜ਼ ਰਾਣੋ ਨੇ ਜੋ ਸੁਪਨਾ ਦੇਖ ਲਿਆ ਉਹ ਫਿਰ ਓਬਸੈਸ ਹੋ ਗਈ ਸੀ ਉਹਨੂੰ ਹੋਰ ਕੁਝ ਰਾਈਟ ਲੈਫਟ ਨਹੀਂ ਦੇਖ ਰਿਹਾ ਸੀ ਤੇ ਮੈਂ ਵੀ ਓਬਸੈਸ ਹੋ ਜਾਂਦੀ ਹਾਂ ਇੱਕ ਸੁਪਨੇ ਨਾਲ ਐਂਡ ਆਈ ਥਿੰਕ ਤੁਹਾਡੀ ਪਰਸਨਲ ਸਟੋਰੀ ਵੀ ਕਿਤੇ ਨਾ ਕਿਤੇ ਮਿਲਦੀ ਹੈ ਬਿਕੋਜ਼ ਰਵੀ ਪਲੇਡ ਅ ਵੈਰੀ ਹਿਊਜ਼ ਰੋਲ ਐਂਡ ਉਹਦੇ ਵੀ ਹਸਬੈਂਡ ਹੋ ਕਰਦੇ ਹਾਂ ਹਾਂਜੀ ਰਵੀ ਇਜ਼ ਰਵੀ ਇਜ਼ ਮਾਈ ਵਿੰਗਸ ਯਾ ਸਰਗੁਣ ਮਹਿਤਾ ਕਦੇ ਵੀ ਮੋਹ ਵਰਗਾ ਵੱਡਾ ਰਿਸਕ ਹੁਣ ਦੁਬਾਰਾ ਨਹੀਂ ਲਏਗੀ ਹਰ ਵਾਰ ਲਏ ਐਵਰੀ ਡੇ ਆਈ ਥਿੰਕ ਆਫ ਇਟ ਅਗੇਨ ਐਂਡ ਅਗੇਨ ਐਂਡ ਅਗੇਨ ਮੈਂ ਹਰ ਵਾਰੀ ਸੋਚਦੀ ਹਾਂ ਮੈਂ ਬਹੁਤ ਟਾਈਮ ਇਸ ਗੱਲ ਨੂੰ ਬਹੁਤ ਦੁਖੀ ਰਹੀ ਫਿਰ ਹੁੰਦਾ ਨਾ ਕਿ ਮੈਂ ਕਿਹਾ ਪਹਿਲੀ ਵਾਰੀ ਨਾ ਅੰਗਰੇਜ਼ ਦਾ ਮੇਰਾ ਇੱਕ ਡਾਇਲੋਗ ਹੈ ਜਿਹੜਾ ਬੜਾ ਫੇਮਸ ਹੋਇਆ ਸੀ ਕਿ ਸੱਟ ਡੂੰਘੀ ਖਾ ਗਿਆ ਲੱਗਦਾ ਹੁਣ ਸਮਝ ਨਹੀਂ ਆ ਰਿਹਾ ਨਾ ਕਿ ਫੱਟ ਖੁੱਲ੍ਹਾ ਛੱਡ ਕੇ ਛੇਤੀ ਭਰੂ ਜਾਂ ਪੱਟੀ ਬਣ ਕੇ ਉਹ ਵਾਲੀ ਗੱਲ ਆ ਤਾਂ ਜਦੋਂ ਦੀ ਮੋਹ ਰਿਲੀਜ਼ ਹੋਈ ਆ ਮੈਂ ਉਹਨੂੰ ਹਰ ਤਰੀਕੇ ਨਾਲ ਦੇਖਿਆ ਕਿ ਕਿਉਂ ਨਹੀਂ ਚੱਲੀ ਅਸੀਂ ਕੰਮ ਵਧੀਆ ਨਹੀਂ ਕੀਤਾ ਫਿਲਮ ਵਧੀਆ ਨਹੀਂ ਸੀ ਡੇਟ ਗਲਤ 'ਤੇ ਆ ਗਈ ਲੋਕਾਂ ਨੂੰ ਗਾਣੇ ਨਹੀਂ ਪਸੰਦ ਆਏ ਟ੍ਰੇਲਰ ਨਹੀਂ ਪਸੰਦ ਆਇਆ ਫਲਾਣਾ ਹੋ ਗਿਆ ਟਿਮਕਾ ਹੋ ਗਿਆ ਮੈਂ ਸਭ ਕਰ ਲਿਆ ਫਿਰ ਮੈਂ ਇੱਕ ਟਾਈਮ 'ਤੇ ਇੰਨੇ ਗੁੱਸੇ ਹੋ ਗਈ ਪਰ ਆਈ ਸਰ ਆਈ ਵਿਲ ਨੈਵਰ ਡੂ ਅ ਫਿਲਮ ਲਾਈਕ ਦਿਸ ਅਗੇਨ ਮੈਂ ਕਿਉਂ ਇੰਨੀ ਮਿਹਨਤ ਕਰਾਂ ਯਾਰ ਹੈ ਨਾ ਨਾ ਮੈਂ ਇੱਕ ਆਡੀਅੰਸ ਓਬਲਾਈਜਡ ਨਹੀਂ ਹੈ ਲਾਈਕ ਉਹਨਾਂ ਦੇ ਉੱਤੇ ਕੋਈ ਲਿਖਿਆ ਨਹੀਂ ਹੋਇਆ ਕਿ ਤੁਸੀਂ ਦੇਖਣੀ ਦੇਖਣੀ ਉਹਨਾਂ ਨੂੰ ਨਹੀਂ ਪਸੰਦ ਆਈ ਉਹਨਾਂ ਨੇ ਨਹੀਂ ਦੇਖੀ ਹੈ ਨਾ ਪਰ ਆਈ ਵਾਜ਼ ਲਾਈਕ ਮੈਂ ਕਰਦੀ ਰਹੂੰਗੀ ਹੁਣ ਮੈਂ ਫਿਰ ਮੇਰੇ ਹੱਟ ਆ ਜਾਂਦੀ ਨਾ ਅੰਦਰ ਮੈਂ ਕਰਦੀ ਰਹੂੰਗੀ ਫਿਰ ਮੈਂ ਕਿਹਾ ਨਹੀਂ ਸਰ ਕੋਈ ਰਿਸਕ ਨਹੀਂ ਲੈਣਾ ਹੁਣ ਮੈਂ ਉਸ ਮੈਟਰ 'ਤੇ ਆਈ ਹਾਂ ਮੈਂ 3 ਦਿਨਾਂ ਤੋਂ ਆਹ ਸੋਚ ਰਹੀ ਸੀ ਆਈ ਰੀਵੈਲਿਊਏਟ ਕੁਝ ਦਿਨ ਹੁੰਦੇ ਜਦੋਂ ਤੁਸੀਂ ਚੁੱਪ ਹੋ ਕੇ ਰੀਵੈਲਿਊਏਟ ਕਰਦੇ ਹੋ ਮੈਂ ਕਿਹਾ ਜਦੋਂ ਮੈਂ ਨਵੀਂ ਨਵੀਂ ਆਈ ਸੀ ਮੈਂ ਕਿਸਮਤ ਕਿਉਂ ਚੂਜ਼ ਕੀਤੀ ਸੀ ਕਿਉਂਕਿ ਮੈਨੂੰ ਨਹੀਂ ਪਤਾ ਸੀ ਕਿ ਕਿਹੋ ਜਿਹੀਆਂ ਫਿਲਮਾਂ ਚੱਲਦੀਆਂ ਕਿਹੋ ਜਿਹੀਆਂ ਨਹੀਂ ਚੱਲਦੀਆਂ ਮੈਨੂੰ ਸਾਰਿਆਂ ਨੇ ਕਿਹਾ ਕਿਸਮਤ ਤੋਂ 2 ਦਿਨ ਪਹਿਲਾਂ ਵੀ ਰਿਲੀਜ਼ ਤੋਂ ਨਾ ਮੈਨੂੰ ਸਾਰੇ ਕਹਿੰਦੇ ਸੀ ਕਿ ਯਾਰ ਬਹੁਤ ਵਧੀਆ ਟ੍ਰੇਲਰ ਹੈ ਤੁਹਾਡੇ ਗਾਣੇ ਵੀ ਬਹੁਤ ਚੱਲ ਗਏ ਬਟ ਯਾਰ ਫਿਲਮ ਨਹੀਂ ਚੱਲਣੀ ਸਾਨੂੰ ਬੜਾ ਬੁਰਾ ਲੱਗ ਰਿਹਾ ਕਿਉਂਕਿ ਇਹੋ ਜਿਹੀਆਂ ਫਿਲਮਾਂ ਪੰਜਾਬ 'ਚ ਨਹੀਂ ਚੱਲਦੀਆਂ ਮੈਨੂੰ ਨਾ ਉਹਨਾਂ ਦੀ ਸ਼ਕਲ 'ਤੇ ਨਾ ਮੈਨੂੰ ਐਂ ਲੱਗਦਾ ਸੀ ਇੰਨੇ ਵੱਡੇ ਬੇਵਕੂਫ ਬੰਦੇ ਯਾਰ ਕਿਸਮਤ ਨਹੀਂ ਚੱਲੂਗੀ ਤੁਸੀਂ ਕਿੰਨੇ ਬੇਵਕੂਫ ਹੋ ਤੁਹਾਡੇ ਤਾਂ ਦਿਮਾਗ ਹੀ ਹੈ ਨਹੀਂ ਹੈ ਨਾ ਮੈਨੂੰ ਐਂ ਲੱਗਦਾ ਸੀ ਆਈ ਸ਼ੁੱਡ ਥਿੰਕ ਦੇ ਸਟੂਪਿਡ ਅਤੇ ਮੈਂ ਉਹ ਫਿਲਮ ਮੈਂ ਇਸ ਕਰਕੇ ਕੀਤੀ ਕਿ ਮੈਨੂੰ ਪਸੰਦ ਸੀ ਮੂਵੀ ਮੈਂ ਇਸ ਕਰਕੇ ਕੀਤੀ ਹੈ ਨਾ ਹੁਣ ਮੈਨੂੰ ਲੱਗਿਆ ਕਿ ਮੈਂ ਕਿਤੇ ਨਾ ਕਿਤੇ ਆਪਦੇ ਆਪ ਨੂੰ ਬਾਇਸ ਕਰ ਰਹੀ ਹਾਂ ਕਲੈਕਸ਼ਨ ਦੇ ਨਾਲ ਮੈਂ ਆਪਦੇ ਆਪ ਨੂੰ ਗਿਣ ਰਹੀ ਹਾਂ ਬਟ ਮੈਂ ਹਰ ਸਕਸੈਸਫੁਲ ਬੰਦੇ ਦੀ ਉਹਦੇ 'ਚ ਜਾ ਕੇ ਉਹਨਾਂ ਦੀ ਫਿਲਮੋਗ੍ਰਾਫੀ 'ਚ ਲੱਭਿਆ ਕਿ ਉਹਨਾਂ ਦੀ ਫੇਵਰੇਟ ਫਿਲਮ ਕਿਹੜੀ ਸੀ ਜਿਹੜੀ ਨਹੀਂ ਚੱਲੀ ਅਤੇ ਉਹਨਾਂ ਨੇ ਉਸ ਹਿਸਾਬ ਨਾਲ ਕਿਵੇਂ ਡੀਲ ਕੀਤਾ ਕਿਉਂਕਿ ਰਾਜ ਕਪੂਰ ਜੀ ਦੀ ਮੇਰਾ ਨਾਮ ਜੋਕਰ ਨਹੀਂ ਚੱਲੀ ਸੀ ਸ਼੍ਰੀਦੇਵੀ ਜੀ ਦੀ ਲਮਹੇ ਨਹੀਂ ਚੱਲੀ ਸੀ ਅੰਦਾਜ਼ ਆਪਣਾ ਆਪਣਾ ਵਾਜ਼ ਏ ਹਿਊਜ ਫਲੋਪ ਐਟ ਦ ਬੋਕਸ ਆਫਿਸ ਅਤੇ ਆਹ ਤਿੰਨੋਂ ਫਿਲਮਾਂ ਇਸ ਵੇਲੇ ਇੰਡੀਆ ਦੀ ਕਲਟ ਫਿਲਮਾਂ ਮੰਨੀਆਂ ਜਾਂਦੀਆਂ ਸੋ ਉਹ ਦਿਲਾਸਾ ਮੈਂ ਆਪਦੇ ਆਪ ਨੂੰ ਦਿੱਤਾ ਅੱਜ ਤੱਕ ਦਾ ਸਭ ਤੋਂ ਯਾਦਗਾਰ ਵਿਆਹ ਜੋ ਸਰਗੁਣ ਮਹਿਤਾ ਨੇ ਅਟੈਂਡ ਕੀਤਾ ਹੋਵੇ ਕੋਈ ਇੱਕ ਵੈਡਿੰਗ ਜੋ ਤੁਹਾਨੂੰ ਭੁਲਾਇਆ ਨਹੀਂ ਭੁੱਲਦੀ ਮੈਂ ਤਾਂ ਆਪਦੀ ਨਹੀਂ ਭੁੱਲਦੀ ਰੋਜ਼ ਯਾਦ ਆਉਂਦੀ ਹੈ ਦੱਸੋ ਮੈਂ ਆਪਦੇ ਵਿਆਹ 'ਚ ਨਾ ਮਤਲਬ ਲਿਟਰਲੀ ਸ਼ੂਟ ਤੋਂ ਸਵੇਰੇ ਸਵੇਰੇ ਉੱਠ ਕੇ ਮਤਲਬ 5 ਵਜੇ ਤੱਕ ਮੈਂ ਸਵੇਰੇ ਸ਼ੂਟ ਕਰਦੀ ਸੀ ਮੇਰੇ ਘਰ ਸਵੇਰੇ ਪਾਠ ਰੱਖਿਆ ਹੋਇਆ ਸੀ ਮੈਂ ਫਲਾਈਟ 'ਚ ਆਪਦਾ ਮੇਕਅਪ ਕੀਤਾ ਮੈਂ ਦੁਲਹਨ ਫਲਾਈਟ 'ਚ ਆਪਦਾ ਮੇਕਅਪ ਕਰ ਰਹੀ ਹਾਂ ਸੁੱਤੀ ਨਹੀਂ ਪੂਰੀ ਰਾਤ ਉੱਥੇ ਪਹੁੰਚੀ ਅਤੇ ਸਾਰੇ ਬੈਠੇ ਹੋਏ ਪਾਠ ਸ਼ੁਰੂ ਕਰਤਾ ਮੇਰੇ ਬਿਨਾਂ ਸਾਰਾ ਫੰਕਸ਼ਨ ਹੀ ਸ਼ੁਰੂ ਕਰਤਾ ਇਹਨਾਂ ਨੇ ਮੈਂ ਗਈ ਉੱਤੇ ਤਿਆਰ ਹੋ ਕੇ ਮੰਮੀ ਕਹਿੰਦੀ ਛੇਤੀ ਕਰ ਲਾ ਤੇ ਰਹੀ ਮੈਨੂੰ ਲੱਗਿਆ ਮੈਂ ਸ਼ੂਟ 'ਤੇ ਆਈ ਹਾਂ ਮੈਂ ਕਿਹਾ ਕੁਝ ਇਮੈਜਿਨ ਹੈ ਨਾ ਕਿ ਕੀ ਚੱਲ ਰਿਹਾ
ਅਤੇ ਜਦੋਂ ਮੇਰਾ ਕੋਕਟੇਲ ਦਾ ਉਹ ਵੀ ਸੀ ਹੈ ਨਾ, ਮੈਂ ਤਿਆਰ ਹੋ ਰਹੀ ਸੀ, ਪਤਾ ਨਹੀਂ ਮੇਰੇ ਦਿਮਾਗ 'ਚ ਕੀ ਚੱਲ ਰਿਹਾ ਸੀ, ਜੋ ਵੀ ਮੇਰੇ ਕਮਰੇ 'ਚ ਆਇਆ ਨਾ, ਮੈਂ ਆਪਦੇ ਮੇਕਅਪ ਵਾਲੇ ਨੂੰ ਕਹਿ ਰਹੀ ਹਾਂ, ਮੈਂ ਕਿਹਾ ਹਾਂ ਯਾਰ ਮਾਸੀ ਦਾ ਲਾਈਨਰ ਖਰਾਬ ਆ, ਠੀਕ ਕਰਦੇ ਹੈ ਨਾ, ਉਹਨਾਂ ਦਾ ਫਲਾਣਾ ਹੋ ਗਿਆ ਉਹ ਠੀਕ ਕਰਦੇ ਹੈ ਨਾ, ਅਤੇ ਮੈਂ ਆਪ ਇੰਨੀ ਲੇਟ ਹੋ ਗਈ ਕਿ ਐਂਡ ਮੈਂ ਉਹਨੂੰ ਕਹਿ ਰਿਹਾ ਕੁਛ ਵੀ ਲਾ ਦੇ ਕੁਛ ਵੀ ਲਾ ਦੇ, ਮੈਨੂੰ ਹੁਣ ਲੱਗਦਾ, ਮੈਂ ਕਿਹਾ ਯਾਰ ਮੈਨੂੰ ਬਿਲਕੁਲ ਹੀ ਧਿਆਨ ਨਹੀਂ ਸੀ ਕਿ ਮੈਂ, ਮੇਰਾ ਆਪ ਦਾ ਵਿਆਹ, ਮੈਨੂੰ ਲੱਗਿਆ ਬਰਥਡੇ ਪਾਰਟੀ ਹੈ ਜਿਵੇਂ, ਮੈਂ ਨੱਚਦੀ ਟੱਪਦੀ ਮੈਂ ਵਿਆਹ ਕਰਾ ਲਿਆ। ਜਦੋਂ ਸਾਨੂੰ ਫੇਰਿਆਂ ਲਈ ਵੀ ਲੈ ਕੇ ਜਾਣਾ ਸੀ, ਮੈਂ ਸਾਰਿਆਂ ਨੂੰ ਕਹਿ ਰਹੀ ਸੀ 10 ਮਿੰਟ ਰੁਕ ਜਾ, ਮੈਂ ਨੱਚੀ ਵੀ ਨਹੀਂ ਹਜੇ ਤੱਕ ਤਾਂ, ਮੈਨੂੰ ਕਹਿੰਦੇ ਯਾਰ ਟਾਈਮ ਹੁੰਦਾ, ਆਏ ਨਹੀਂ ਹੁੰਦਾ, ਤੂੰ ਬਾਅਦ 'ਚ ਨੱਚ ਲਈ। ਮੈਂ ਕਿਹਾ ਯਾਰ ਆਏ ਥੋੜ੍ਹੀ ਹੁੰਦਾ, ਆਪ ਦੇ ਵਿਆਹ 'ਚ ਮੈਨੂੰ ਤਾਂ ਨੱਚਣ ਦਿੱਤਾ ਨਹੀਂ, ਤੁਸੀਂ ਇੱਕ ਥਾਂ ਤੋਂ ਦੂਜੇ ਥਾਂ 'ਤੇ ਮੈਨੂੰ ਬਿਠਾਈ ਜਾ ਰਹੇ ਹੋ, ਹੈ ਨਾ। ਮੈਂ ਬੜਾ ਇਰੀਟੇਟ ਹੋਈ ਸੀ ਕਿ ਮੈਨੂੰ ਮਤਲਬ ਇੰਜੋਏ ਕਰਨ ਦਿਓ, ਮੈਨੂੰ ਆਏ ਇੱਥੇ ਇੱਥੇ ਨਾ ਚੜੋ। ਆਈ ਥਿੰਕ ਮੈਨੂੰ ਸਭ ਤੋਂ ਵੱਧ ਆਪ ਦਾ ਵਿਆਹ ਯਾਦ ਆ, ਫੋਰ ਨੋਟ ਸੋ ਗੁੱਡ ਰੀਜ਼ਨਸ ਜਾਂ ਫਿਰ ਆਲ ਦਾ ਗੁੱਡ ਰੀਜ਼ਨਸ ਆਲਸੋ। ਮੈਂ ਬਹੁਤ ਇੰਜੋਏ ਕੀਤਾ, ਮੈਂ ਐਬਸਲਿਊਟਲੀ ਮਤਲਬ, ਮੈਂ ਤਾਂ ਮੈਨੂੰ ਲੱਗਦਾ ਮੈਂ ਜਿੰਨਾ ਨੱਚੀ ਹਾਂ ਹੋਰ ਕੋਈ ਨਹੀਂ ਨੱਚਿਆ। ਮੈਂ ਆਪਦੇ ਕੋਕਟੇਲ 'ਤੇ ਸਵੇਰੇ 5:30 ਵਜੇ ਤੱਕ ਨੱਚੀ ਹਾਂ, ਮੈਂ ਰਾਤ ਨੂੰ ਰਵੀ ਮੈਨੂੰ ਚੱਕ ਕੇ ਲੈ ਕੇ ਗਿਆ, ਮੈਂ ਆਪਦੇ ਮੰਮੀ ਪਾਪਾ ਨਾਲ ਸੁੱਤੀ ਹਾਂ। ਸਵੇਰੇ 7:30-8 ਵਜੇ ਮੈਂ ਉੱਠ ਗਈ, ਮੰਮੀ ਤੂੰ ਕਿਵੇਂ ਉੱਠ ਗਈ? ਮੈਂ ਕਿਹਾ ਪਤਾ ਨਹੀਂ, ਕਹਿੰਦੇ ਤੈਨੂੰ ਚਾਹ ਹੀ ਬੜਾ ਵਿਆਹ ਦਾ। ਮੈਂ ਕਹਿੰਦੀ ਮੈਨੂੰ ਇਹ ਹੈ ਕਿ ਹੁਣ ਹੋਰ ਫੰਕਸ਼ਨ ਹੋਊਗਾ, ਆਪਾਂ ਕੁਛ ਹੋਰ ਖਾਵਾਂਗੇ, ਜਿਵੇਂ ਹੁੰਦਾ ਨਾ ਕਿ ਪਾਰਟੀ ਚੱਲ ਰਹੀ, ਮੈਨੂੰ ਉਵੇਂ ਲੱਗਦਾ ਸੀ। ਸਰਗੁਣ, ਤੁਸੀਂ ਦਿੱਲੀ ਯੂਨੀਵਰਸਿਟੀ ਤੋਂ ਬੀਕੌਮ ਕੀਤੀ ਹੈ, ਮੈਂ ਵੀ ਦਿੱਲੀ ਯੂਨੀਵਰਸਿਟੀ ਤੋਂ ਬੀਕੌਮ ਕੀਤੀ ਹੈ, ਸੋ ਮੈਂ ਜਾਣਨਾ ਚਾਹਾਂਗਾ ਵੀ ਤੁਹਾਡਾ ਦਿੱਲੀ ਯੂਨੀਵਰਸਿਟੀ 'ਚ ਟਾਈਮ ਕਿਵੇਂ ਦਾ ਲੰਘਿਆ? ਮੈਂ KMC ਤੋਂ ਕੀਤੀ ਹੈ, ਅਤੇ ਮੈਂ ਮਤਲਬ ਮੈਂ ਆਪਦੇ ਡੈਡ ਨੂੰ ਕਹਿਤਾ ਸੀ, ਮੈਂ ਕਿਹਾ ਮੈਂ ਬਸ ਕਰਨੀ ਹੈ ਤਾਂ ਮੈਂ ਦਿੱਲੀ ਯੂਨੀਵਰਸਿਟੀ ਤੋਂ ਹੀ ਕਰਨੀ ਹੈ, ਹੋਰ ਕੁਛ ਵੀ। ਬਟ ਉਹ ਮੇਰਾ ਡਿਸੀਜਨ ਬਹੁਤ ਜ਼ਰੂਰੀ ਸੀ, ਕਿਉਂਕਿ ਉੱਥੇ ਮੈਂ ਥੀਏਟਰ ਕੀਤਾ, ਅਤੇ ਉੱਥੇ ਮੈਂ ਪੜ੍ਹੀ ਵੀ ਥੀਏਟਰ ਕਰਕੇ, ਮਤਲਬ ਮੈਂ ਐਕਸਟਰਾ ਕਰਿਕੁਲਰ ਐਕਟੀਵਿਟੀਜ਼ ਐਡਮਿਸ਼ਨ ਕੋਟਾ ਤੋਂ ਗਈ ਸੀ, ਅਤੇ ਮੈਂ ਪਹਿਲਾਂ ਡਾਂਸ ਦੇ ਆਡੀਸ਼ਨ ਦਿੱਤੇ ਸੀ ਹਰ ਕਾਲਜ 'ਚ, ਮੈਂ ਸਾਰੀ ਜਗ੍ਹਾ ਫੇਲ ਹੋ ਗਈ। ਫਿਰ ਮੈਂ ਆਪਦੇ ਘਰ ਬੈਠੀ ਸੀ, ਅਤੇ ਮੈਂ ਕਿਹਾ ਮੈਂ ਆਪਦੀ ਮਾਸੀ ਦੇ ਘਰ ਸੀਗੀ ਹੈ ਨਾ ਦਿੱਲੀ, ਤਾਂ ਮੈਨੂੰ ਫੋਨ ਆਉਂਦਾ ਕਿ ਹੈਲੋ ਅੱਜ ਥੀਏਟਰ ਦਾ ਹੈਗਾ KMC ਦਾ, ਤੁਸੀਂ ਆਏ ਨਹੀਂ? ਮੈਂ ਕਿਹਾ ਤੁਸੀਂ ਲੈਣਾ ਲੂਣਾ ਮੈਨੂੰ ਹੈ ਨਹੀਂ, ਮੈਂ ਆਏ ਆਪਦਾ ਮੱਥਾ ਮੁੱਥਾ ਮਾਰੀ ਜਾਵਾਂ, ਹੈ ਨਾ। ਮੈਂ ਕਿਹਾ ਮੰਮੀ ਮੈਂ ਵਾਪਸ ਆ ਰਹੀ ਹਾਂ, ਫਿਰ ਮੈਂ ਨਾ ਹੁਣ ਕੀ ਕਰ ਸਕਦੀ ਮੈਂ, ਅਤੇ ਮੈਂ BCOM ਪਾਸ ਨਹੀਂ ਕਰਨਾ ਸੀ, ਮੈਂ ਓਨਰਸ ਹੀ ਕਰਨਾ ਸੀ, ਸੀਗੇ ਵੀ ਮੇਰੇ 94%, ਬਟ ਉਹ ਵੀ ਬਹੁਤ ਘੱਟ ਲੱਗਦੇ ਸੀ ਹੈ ਨਾ ਦਿੱਲੀ ਯੂਨੀਵਰਸਿਟੀ 'ਚ। ਤੇ ਮੰਮਾ ਨੇ ਮੈਨੂੰ ਕਿਹਾ 94% ਇਜ਼ ਨਾ, ਆਈ ਗਾਟ ਦ ਸਾਊਥ ਕੈਂਪਸ ਕਾਲਜ ਐਂਡ ਨਾਟ ਦ ਨਾਰਥ ਕੈਂਪਸ, ਫਿਰ ਮੈਂ ਮਾਈਗ੍ਰੇਸ਼ਨ ਕਰਾ ਕੇ ਉਧਰ ਗਿਆ। ਹਾਂ, ਫਿਰ ਮੇਰੇ ਕੋ ਮੈਨੂੰ ਮੰਮੀ ਦਾ ਫੋਨ ਆਇਆ ਤੂੰ ਗਈ ਨਹੀਂ? ਮੈਂ ਕਿਹਾ ਮੰਮੀ ਕਹਿੰਦੀ ਜਾ, ਹੈ ਨਾ। ਫਿਰ ਮੈਂ ਲੇਟ ਪਹੁੰਚੀ ਉੱਥੇ, ਹੈ ਨਾ, ਮੈਂ ਉਹਨੂੰ ਕਿਹਾ ਸੋਰੀ ਆ ਉਹ ਹੋ ਗਿਆ। ਮੈਂ ਕਿਹਾ ਦੱਸੋ ਕਿਹੜੇ ਸਰਟੀਫਿਕੇਟ ਦਿਖਾਵਾਂ? ਮੈਂ ਕਿਹਾ ਕਹਿੰਦੇ ਤੁਸੀਂ ਕੀ ਕੀਤਾ? ਮੈਂ ਕਿਹਾ ਮੈਂ ਬਟਰਫਲਾਈ ਬਣੀ ਸੀ ਆਪਦੇ ਸਕੂਲ 'ਚ ਇੱਕ ਪਲੇਅ 'ਚ, ਹੋਰ ਮੈਂ ਇਸ ਤੋਂ ਵੱਧ ਕੁਛ ਨਹੀਂ ਕੀਤਾ। ਮੈਂ ਕਿਹਾ ਹੁਣ ਤੁਸੀਂ ਮੈਨੂੰ ਭੇਜ ਦਿਓ ਵਾਪਸ। ਕਹਿੰਦੇ ਨਹੀਂ, ਕਹਿੰਦੇ ਤੇ 10 ਆਡੀਸ਼ਨ ਰਾਊਂਡ ਆ, 2 ਦਿਨ ਚੱਲਣਗੇ, ਉਹ 2 ਦਿਨਾਂ ਬਾਅਦ ਜੇ ਤੁਸੀਂ ਸਿਲੈਕਟ ਹੋ ਗਏ, ਭਾਵੇਂ ਤੁਹਾਡੀ ਕਿਹੜੀ ਵੀ ਪਰਸੈਂਟੇਜ ਹੋਵੇ, ਤੁਹਾਨੂੰ ਤੁਹਾਡਾ ਕੋਰਸ ਮਿਲ ਜੂਗਾ, ਬਟ ਤੁਸੀਂ ਥੀਏਟਰ ਨਹੀਂ ਛੱਡ ਸਕਦੇ। ਪਹਿਲੇ ਸਾਲ ਮੈਂ ਇੰਨੀ ਤਰਾਸ ਦੇ ਨਾਲ ਕੱਢਿਆ ਨਾ ਥੀਏਟਰ, ਕਲਚਰਲ ਸ਼ੌਕ ਹੈ ਨਾ, ਮੁੰਡੇ ਗਾਲਾਂ ਦੇ ਰਿਹਾ, ਕਿਹੋ ਜਿਹੀਆਂ ਗੱਲਾਂ ਕਰ ਰਿਹਾ, ਦਿੱਲੀ ਦੀਆਂ ਗੱਲਾਂ, ਹੈ ਨਾ, ਮੈਂ ਆਏ ਕਿਆ ਕੀ ਕਹਿ ਰਿਹਾ, ਕੁੜੀ ਦੇ ਸਾਹਮਣੇ ਕਹਿ ਰਿਹਾ, ਆਹ ਕਰ ਰਿਹਾ, ਹੈ ਨਾ। ਫਿਰ ਮੇਰਾ ਝਾਕਾ ਖੁੱਲ੍ਹਿਆ, ਫਿਰ ਮੈਂ ਸਮਝੀ, ਮੈਂ ਪਹਿਲੇ ਸਾਲ ਤੋਂ ਬਾਅਦ ਮੈਨੂੰ ਕਿਹਾ ਮੈਨੂੰ ਮਾਈਗ੍ਰੇਸ਼ਨ ਦੇ ਦਿਉ, ਹੈ ਨਾ, ਮੈਂ ਉਹ ਵੀ ਨਹੀਂ ਕ੍ਰੋਸ ਕੀਤੀ। ਫਿਰ ਮੈਂ ਕਿਹਾ ਹੁਣ ਤਾਂ ਆਹੀ ਕਰਨਾ, ਤਾਂ ਹੁਣ ਆਹੀ ਵਧੀਆ ਤਰੀਕੇ ਨਾਲ ਕਰ ਲੈਂਦੇ ਹਾਂ, ਤਾਂ ਮੇਰਾ ਇੰਟਰਸਟ ਪਿਆ, ਅਤੇ ਅੱਜ ਥੈਂਕ ਗੋਡ ਕਿ ਮੈਂ ਉਹ ਕੀਤਾ ਕਿ ਮੈਂ ਇੱਥੇ ਹਾਂ। ਸੋ ਸਰਗੁਣ, ਤੁਹਾਡਾ ਇੱਕ ਬਹੁਤ ਹੀ ਇਲਸਟ੍ਰਸ ਕਰੀਅਰ ਯੂ ਹੈਡ, ਲਾਈਕ ਜੇ ਆਪਾਂ ਪੰਜਾਬੀ ਫਿਲਮਾਂ ਦੀ ਗੱਲ ਕਰੀਏ, ਅਤੇ ਆਈ ਥਿੰਕ ਤੁਸੀਂ ਇਕਲੌਤੇ ਇਹੋ ਜਿਹੇ ਫੀਮੇਲ ਐਕਟਰ ਹੋ ਜਿਨ੍ਹਾਂ ਕੋਲ ਸਭ ਤੋਂ ਜ਼ਿਆਦਾ ਬੈਸਟ ਐਕਟਰਸ ਦੇ ਅਵਾਰਡ ਨੇ। ਤੁਹਾਡੀ ਜਿਹੜੀ ਲਾਸਟ ਫਿਲਮ ਸੀ ਵਾਜ਼ ਅ ਹਿਊਜ ਹਿੱਟ, ਐਜ਼ ਇਨ ਜਿਹੜੀ ਬਾਲੀਵੁੱਡ 'ਚ ਤੁਸੀਂ OTT ਫਿਲਮ ਅਕਸ਼ੈ ਕੁਮਾਰ ਦੇ ਨਾਲ ਕੀਤੀ ਹੈ, ਨਾਓ ਇਫ ਰਿਪੋਰਟਸ ਆਰ ਟੂ ਬੀ ਬਿਲੀਵ, ਤਾਂ ਤੁਸੀਂ ਸ਼ਾਹਿਦ ਕਪੂਰ ਨਾਲ ਫਿਲਮ ਕਰ ਰਹੇ ਹੋ। ਵੀ ਰੈਡ ਦੈਟ ਇਨ ਦ ਰਿਪੋਰਟਸ, ਆਈ ਡੋਨਟ ਨੋ, ਨਹੀਂ ਆਈ ਹੋਪ ਸੋ, ਬਟ ਨਹੀਂ, ਬਟ ਤੁਸੀਂ ਬਾਲੀਵੁੱਡ ਪ੍ਰੋਜੈਕਟਸ ਤਾਂ ਕਰ ਰਹੇ ਹੋ ਨਾ, ਇੱਕ ਦੋ ਦੇ ਨਾਮ ਅਸੀਂ ਸੁਣੇ ਆ। ਅੱਛਾ, ਮੇ ਬੀ ਤੁਸੀਂ ਡਿਸਕਲੋਜ਼ ਨਹੀਂ ਕਰਨਾ ਚਾਹੁੰਦੇ? ਨਹੀਂ, ਪਤਾ ਹੈ ਕਿ ਕੁਝ ਵੀ ਫਾਈਨਲ ਨਹੀਂ ਹੁੰਦਾ ਸਾਡੀ ਇੰਡਸਟਰੀ 'ਚ, ਗੱਲਾਂ ਬਹੁਤ ਚੱਲਦੀਆਂ, ਗੱਲਾਂ ਬਹੁਤ ਚੱਲਦੀਆਂ, ਬਟ ਹੁੰਦਾ ਫਾਈਨਲ ਨਹੀਂ ਹੁੰਦਾ, ਦਸਾਂ 'ਚੋਂ ਇੱਕ ਹੀ ਹੁੰਦਾ ਕੁਝ। ਸੋ ਵਟ ਆਈ ਵਾਸ ਟ੍ਰਾਈਂਗ ਟੂ ਸੇ ਕਿ ਜਿਵੇਂ ਤੁਹਾਡਾ ਬਹੁਤ ਇੱਕ ਇਦਾਂ ਦਾ ਕਰੀਅਰ ਰਿਹਾ ਵਿੱਚ ਯੂ ਨੋ ਪੀਪਲ ਟਾਕ ਅਬਾਊਟ ਇਟ, ਪਰ ਤੁਹਾਨੂੰ ਕਿਵੇਂ ਫੀਲ ਹੁੰਦਾ ਜਦੋਂ ਲੋਕ ਤੁਹਾਡੀਆਂ ਇਹਨਾਂ ਕਾਮਯਾਬੀਆਂ ਤੋਂ, ਇਹਨਾਂ ਪ੍ਰਾਪਤੀਆਂ ਤੋਂ ਹਟ ਕੇ ਇਹਨਾਂ ਤੋਂ ਜ਼ਿਆਦਾ ਤੁਹਾਡੀਆਂ ਪਰਸਨਲ ਚੀਜ਼ਾਂ ਦੀਆਂ ਗੱਲਾਂ ਕਰਦੇ ਆ? ਮੈਂ ਯੂਟਿਊਬ 'ਤੇ ਦੇਖਣਾ ਕਿ ਸਰਗੁਣ ਮਹਿਤਾ ਮਾਂ ਕਿਉਂ ਨਹੀਂ ਬਣੇ, ਜਾਂ ਉਹਨਾਂ ਦੀ ਪਰਸਨਲ ਲਾਈਫ 'ਚ ਕੀ ਚੱਲ ਰਿਹਾ, ਜਦੋਂ ਲੋਕ ਇੱਦਾਂ ਦੀਆਂ ਗੱਲਾਂ ਜ਼ਿਆਦਾ ਕਰਦੇ ਰੈਦਰ ਦੈਨ ਵਟ ਯੂ ਹੈਵ ਅਚੀਵ, ਹਾਊ ਦੈਟ ਮੇਕਸ ਯੂ ਫੀਲ? ਦੇਖਦੀ ਨਹੀਂ, ਆਈ ਲਿਟਰਲੀ ਬਲੌਕ ਆ ਮੇਰੀ ਲਾਈਫ 'ਚੋਂ ਆ ਸਾਰੀਆਂ ਚੀਜ਼ਾਂ, ਆਈ ਡੋਂਟ ਵਾਚ, ਆਈ ਡੋਂਟ ਸੀ, ਕਿਉਂਕਿ ਨਾ ਸਾਨੂੰ ਉਡਾਰੀਆਂ ਕਰਕੇ ਵੀ, ਸਵਰਨ ਘਰ ਹੈ ਨਾ, ਜਨੂਨੀਅਤ ਹੋਣ, ਸਾਰੇ ਸਾਨੂੰ ਕਿਸੇ ਨਾ ਕਿਸੇ ਗੱਲੋਂ ਟਾਰਗੇਟ ਆਪਾਂ ਰਹਿੰਦੇ ਹੀ ਹਾਂ ਕਿਸੇ ਨਾ ਕਿਸੇ ਚੀਜ਼ ਦਾ, ਕਿ ਇਹਨਾਂ ਨੂੰ ਨਹੀਂ ਮਿਲਾਇਆ, ਆ ਨਹੀਂ ਕੀਤਾ,
मैं सोचती हाँ मेरे को इन्हों कमां लई हुण टाइम नहीं होना चाहिए है ना, वेले बंदे इन्हां नूं वेले कम कर लैन दो, आपां आपदा कम करिए बस, मैं अपने आप च मस बिजी। सरगुण मेहता की एक तमन्ना जो हजे पूरी होनी बाकी है, शाहरुख खान नाल फिल्म। तो मैं थोनू की दसा, आही तमन्ना हुण, आही तमन्ना लैके मैं इंडस्ट्री च आई सी ते हजे पूरी होनी है। हाँ ओके, शाहरुख खान नाल कुछ मेमोरी दसो, कोई यादगार। मैं तुसी मिले उन्हां नू? नहीं, मैं एक्चुअली मैनू बहुत वारी मौके मिले बट मैं कदे उन्हां नू मिली नहीं। मतलब मैं ओह जी हाँ जिहड़ी जदों इत्थे IPL होया सी चंडीगढ़ च, किंग्स 11 वर्सिज KKR, तो वो पूरे स्टेडियम च मैं कट्ठी कल्ली बाजा काट रही थी, कौर बोलो और बहुत जीत बोले। फिर बाबा मम्मी ने कहा जे तेनों सिक्योरिटी ने चक्या आप तेन वापस नहीं लैके जाना है ना। जदों मैं करोल बाग करती सी मेरा पहला शो, तो एक दिन मैंने कॉल आया कहिंदे कि थोड़ा साडा इवेंट आ है ना चैनल का, उत्थे सारी जिहड़ी साडे चैनल दी बहुआं ने उन्होंने एक इवेंट करना है शाहरुख खान दे नाल। तो उन्होंने मैंने आ गल नॉर्मली कही कि तेरी कल नू फ्लाइट आ, तू जाना आ सारा कुछ करना। तो मैं उन्होंने देखती रही है ना एक मिनट लई, मैं कहता तुसीं इन्ने आसानी नाल क्यों कहता? कहिंदे हाँ जी, मतलब मैं क्या इन्नी सौखे तरीके नाल तुहाडा किवें निकल गई आ गल कि मैं शाहरुख खान नाल स्टेज शेयर करना, इन्ने सौखे तरीके नाल तुसीं किवें, कहिंदे सानूं समझ नहीं आ रहा। उहदे बाद मैं कुछ 5-6 घंटे रोंदी रही, तो उन्होंने कैंसल करना पाया क्योंकि कहिंदे सरगुण नहीं आ सकदी कि वह तो बिल्कुल बवला आ गई है। मैं बहुत रोई। तो रवि दे शो ते 2 वारी आए ने वो आपकी फिल्म प्रमोट करन, ते मेरे को उन्होंने एक वीडियो क्लिप भी हैगी आ जिहड़ी रवि ने उन्होंने कहा, कहिंदे माई वाइफ, रवि इज शॉट विद हिम 3-4 टाइम्स, ते उन्होंने कहा माई वाइफ शी वुडंट मीट यू। एक्चुअली मैंने ये कि मैंने डर लगता, मैंने पता शाहरुख खान की मैमरी बहुत वधिया है, बट मैंने आ डर लगता कि जो कद मैं भुल गया ना तो मैं बहुत दुख लगेगा, तो मैं सिर्फ उदों ही उन्होंने मिलूंगी जो मतलब मैं उन्होंने नाल काम करूँगी तो वो मैं याद रख सकन, लाइक आई कम मेरा नाम उन्होंने ना दे नाल कि परमानेंटली फीलिंग आई कैन सेंस दैट कि जो आप अपने कोई गलबात होएगी ना आप उदों ही मिलना चाहते हैं। हाँ सो बहुत ही सोहने जवाब तुसी हर सवाल दे दिते, थैंक यू वेरी मच। सत श्री अकाल जी, मैं हाँ सरगुण मेहता, तुसी प्लीज सबसक्राइब करो टू दिस चैनल सरदार स्टेज।